ਸਿਵਲ ਹਸਪਤਾਲ ਫਿਲੌਰ ਵਿਖੇ ਨਵੇਂ SMO ਜਤਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲਿਆ। SMO ਜਤਿੰਦਰ ਸਿੰਘ ਭਵਾਨੀਗੜ੍ਹ ਸੰਗਰੂਰ ਤੋਂ ਬਦਲ ਕੇ ਫਿਲੌਰ ਆਏ ਨੇ। ਉਹਨੇ ਕਿਹਾ ਕਿ ਸਿਵਲ ਹਸਪਤਾਲ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਜਾਂ ਕਿਸੇ ਕੰਮ ਨੂੰ ਲੈ ਕੇ ਕੋਈ ਸਮੱਸਿਆ ਹੋਵੇ ਤਾਂ ਉਹਨਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਆਪਣੇ ਸਬਡਿਵੀਜ਼ਨ ਹੋਸਪਿਟਲ ਭਵਾਨੀਗੜ੍ਹ ਸੰਗਰੂਰ ਤੋਂ ਤਬਦੀਲ ਹੋ ਕੇ ਸਬਡਿਵੀਜ਼ਨ ਹੋਸਪਿਟਲ ਫਿਲੌਰ ਜੁਆਇਨ ਕੀਤਾ ਹੈਗਾ ਕੱਲ੍ਹ ਤੋਂ। ਸਾਰੇ ਹੀ ਇਸ ਸਬਡਿਵੀਜ਼ਨ ਦੇ ਬਛਿੰਦੇ ਪਬਲਿਕ ਨੂੰ ਇਹ ਬੇਨਤੀ ਹੈ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਇੱਥੇ ਹੋਸਪਿਟਲ ਦੇ ਵਿੱਚ ਸਿਹਤ ਸੰਬੰਧੀ ਸੇਵਾਵਾਂ ਜਿਹਨਾਂ ਦੀ ਵੀ ਸਰਕਾਰ ਵੱਲੋਂ ਉਪਲਬਧਤਾ ਹੈ ਉਹ ਹਰ ਇੱਕ ਬਛਿੰਦੇ ਨੂੰ ਦਿੱਤੀਆਂ ਜਾਣਗੀਆਂ। ਕਿਸੇ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ ਤਾਂ ਉਹ ਮੈਨੂੰ ਸਿੱਧੇ ਤੌਰ 'ਤੇ ਆ ਕੇ ਮੇਰੇ ਦਫ਼ਤਰ 'ਚ ਮਿਲ ਸਕਦਾ। ਮੇਰਾ ਟੈਲੀਫੋਨ ਨੰਬਰ 8164565662 ਹੈ, ਮੈਨੂੰ ਟੈਲੀਫੋਨ 'ਤੇ ਵੀ ਉਹ ਦੱਸ ਸਕਦੇ ਹੈਗੇ ਆ। ਔਰ ਪੰਜਾਬ ਸਰਕਾਰ ਵੱਲੋਂ ਉਪਲਬਧ ਸਿਹਤ ਸਹੂਲਤਾਂ ਹਰ ਇੱਕ ਨਾਗਰਿਕ ਲਈ ਜਿਹੜੀਆਂ ਉਹ ਯਕੀਨੀ ਬਣਾਈਆਂ ਜਾ ਰਹੀਆਂ ਅਤੇ ਯਕੀਨੀ ਤੌਰ 'ਤੇ ਦਿੱਤੀਆਂ ਜਾਣਗੀਆਂ। ਕਿਸੇ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਹੋਵੇ ਉਹ ਮੈਨੂੰ ਆ ਕੇ ਮਿਲ ਕੇ ਸਾਰੀਆਂ ਸਾਡੀਆਂ ਸੇਵਾਵਾਂ ਜਿਹੜੀਆਂ ਉਹ ਲੈਣ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ, ਚੈਨਲ 2।